ਮਾਮਲਾ ਹੋਇਆ ਸੀ ਝਗੜੇ ਦਾ, ਲੈ ਕੇ ਕੀ ਕਾਰਵਾਈ ਉਹਨੂੰ ਚਲਾ ਦਿੰਦੀ ਹੈ? ਕੱਲ੍ਹ ਜੀ ਸਾਡੇ ਤਕਰੀਬਨ ਇੱਥੇ 3:30-4 ਵਜੇ ਮਾਤਾ ਗੁਜਰੀ ਕਲੋਨੀ ਹੈ ਫਤਿਹਗੜ੍ਹ ਸਾਹਿਬ ਥਾਣੇ ਦੇ ਏਰੀਆ 'ਚ, ਉੱਥੇ ਇੱਕ ਗੁਰਜੀਤ ਕੌਰ ਉਹਨਾਂ ਦਾ ਘਰ ਹੈਗਾ, ਉਹਨਾਂ ਦੀ ਬੇਟੀ ਦਾ ਹਸਬੈਂਡ, ਉਹਨਾਂ ਦੇ ਹਸਬੈਂਡ ਨਾਲ ਜਿਵੇਂ ਗੁਰਵਿੰਦਰ ਸਿੰਘ ਹੋਣੀ ਨੇ ਖੇੜੀ ਜੱਟਾਂ ਦੇ ਸੰਗਰੂਰ ਤੋਂ, ਉਹਨਾਂ ਨਾਲ ਮੈਟਰੀਮੋਨੀਅਲ ਡਿਸਪਿਊਟ ਚੱਲਦਾ ਸੀ। ਅਤੇ ਕੱਲ੍ਹ ਪੂਰੀ ਗੱਲ ਤਾਂ ਸਾਨੂੰ ਹਾਲੇ ਕਲੀਅਰ ਨਹੀਂ ਹੈ, ਕੱਲ੍ਹ ਉਹ ਕੁਛ ਉਹਨਾਂ ਦੀਆਂ ਆਪਸ 'ਚ ਗੱਲਾਂ ਬਾਤਾਂ, ਕੋਈ ਟੋਕਸ ਕਰਨ ਲਈ ਬੇਟੀ ਨੂੰ ਵਾਪਸ ਲੈਣ ਦੀ ਉਹ ਗੱਲ ਸੀਗੇ। ਇਨ ਦ ਮੀਨ ਟਾਈਮ ਉਹਨਾਂ ਦੀ ਉੱਥੇ ਲੜਾਈ ਹੋ ਗਈ ਆਪਸ 'ਚ, ਕੋਈ ਕਹਾ ਸੁਣੀ ਹੋ ਗਈ, ਅਤੇ ਉੱਥੇ ਇੱਕ ਫਾਇਰ ਵੀ ਹੋਇਆ। ਜਿਵੇਂ ਕਿਹਾ ਜਾ ਰਿਹਾ ਕਿ ਗੁਰਵਿੰਦਰ ਸਿੰਘ ਉਹਨਾਂ ਨੇ ਆਪਣੀ ਸੱਸ ਜਿਹੜੀ ਗੁਰਜੀਤ ਕੌਰ ਨੇ ਉਹਨਾਂ ਦੇ ਉਹਨਾਂ ਨੇ ਗੋਲੀ ਮਾਰੀ ਜਿਹੜੀ ਉਹਨਾਂ ਦੇ ਪੱਟ 'ਚ ਲੱਗੀ ਹੈ। ਅਤੇ ਉਸ ਤੋਂ ਬਾਅਦ ਇਹ ਦੋਨੇ ਪਾਰਟੀਜ਼ ਉੱਥੋਂ ਸਿਵਲ ਹੋਸਪਿਟਲ ਗਈਆਂ ਦਾਖਲ ਹੋਣ ਲਈ। ਸਿਵਲ ਹੋਸਪਿਟਲ ਫਿਰ ਇਹਨਾਂ ਦੀ ਲੜਾਈ, ਜਦੋਂ ਇੱਥੇ ਪਹੁੰਚੀਆਂ ਜਦੋਂ ਦੋਨੇ ਪਾਰਟੀਜ਼ ਇਕੱਠੀਆਂ ਪਹੁੰਚੀਆਂ, ਬਾਹਰ ਇਹਨਾਂ ਦੀ ਆਪਸ 'ਚ ਫਿਰ ਲੜਾਈ ਹੋਈ। ਅਤੇ ਸਾਡੇ ਕੋਲ ਕੱਲ੍ਹ ਸ਼ਾਮ ਨੂੰ 5 ਵਜੇ ਇਨਫੋਰਮੇਸ਼ਨ ਆਈ ਸੀ, ਸਾਨੂੰ MLRs ਮਿਲ ਗਈਆਂ ਸੀਗੀਆਂ, ਬਟ ਇਨ ਦ ਮੀਨ ਟਾਈਮ ਦੋਨੇ ਪਾਰਟੀਜ਼ ਚੰਡੀਗੜ੍ਹ ਰੈਫਰ ਹੋ ਗਈਆਂ ਸੀ ਸੈਕਟਰ 32 ਹੋਸਪਿਟਲ 'ਚ, ਉੱਥੇ ਐਡਮਿਟ ਸੀਗੀਆਂ। ਅਤੇ ਕੱਲ੍ਹ ਰਾਤ ਨੂੰ ਅਸੀਂ ਗੁਰਜੀਤ ਕੌਰ ਉਹਨਾਂ ਦੀ ਸਟੇਟਮੈਂਟ ਲਈ ਸੀ। ਸਟੇਟਮੈਂਟ ਲੈਣ ਤੋਂ ਬਾਅਦ 95 ਨੰਬਰ FIR ਦਿੱਤੀ ਹੈ ਅਸੀਂ, 13-8-24, 109, 333, 191, 190 BMSS ਅਤੇ 25-27 ਆਰਮਸ ਐਕਟ ਦੇ ਤਹਿਤ ਗੁਰਵਿੰਦਰ ਸਿੰਘ ਉਹਨਾਂ ਦੇ, ਅਤੇ ਇਹਨਾਂ ਦੇ ਕਜ਼ਨ ਸੀਗੇ ਇਹਨਾਂ ਦੇ ਨਾਲ ਪ੍ਰਭਦੀਪ ਸਿੰਘ, ਉਹਨਾਂ 'ਤੇ ਕੱਲ੍ਹ ਅਸੀਂ FIR। ਮਾਮਲਾ ਧਿਆਨ 'ਚ ਹੈ ਕਿ ਕਿੰਨੀਆਂ ਕੁ ਗੋਲੀਆਂ ਚੱਲੀਆਂ ਸੀ ਜਾਂ ਕਿਹਨੇ ਚਲਾਈਆਂ ਸੀ ਕੁਛ? ਦੇਖੋ ਜੀ, ਗੋਲੀ ਚੱਲੀ ਹੈ ਇਹ ਤਾਂ ਗੱਲ ਬਿਓਨ ਡਾਊਟ ਹੈ, ਕਿਉਂਕਿ ਗੁਰਜੀਤ ਕੌਰ ਉਹਨਾਂ ਦੇ ਲੱਗੀ ਹੈ ਗੋਲੀ, ਬਟ ਕਿੰਨੀਆਂ ਚੱਲੀਆਂ ਇਹ ਹਾਲੇ ਤੱਕ ਹਾਲੇ ਅਸੀਂ ਤਫਤੀਸ਼ ਕਰ ਰਹੇ ਹਾਂ, ਸਾਨੂੰ ਮੁਸ਼ਕਿਲ ਹੈ। ਜਿਹੜੀ ਗੋਲੀ ਚਲਾਈ ਸੀਗੀ ਉਹ ਅਸਲਾ ਲਾਇਸੈਂਸ ਸੀਗਾ ਜਾਂ ਵਿਦਆਊਟ ਲਾਇਸੈਂਸ ਸੀ ਕੁਛ? ਹਾਲੇ ਜੀ ਇਸ ਬਾਰੇ ਕੁਛ ਕਲੀਅਰ ਨਹੀਂ ਹੈ। ਐਕਚੁਲੀ ਜਿਹੜੇ ਦੋਨੇ ਮੇਨ ਅਕਿਊਜ਼ ਨੇ ਉਹ ਉੱਥੇ ਐਡਮਿਟ ਨੇ, ਅਸੀਂ ਇੱਕ ਵਾਰ ਜਦੋਂ ਉਹਨਾਂ ਨੂੰ ਕਸਟਡੀ 'ਚ ਲੈ ਕੇ ਪੁੱਛ ਕੇ ਤਫਤੀਸ਼ 'ਚ ਗੱਲ ਸਾਹਮਣੇ ਲੈ ਕੇ। ਉਹਨਾਂ ਦੇ ਵੀ ਬਿਆਨ ਲਿੱਤੇ ਗਏ ਕਿ ਗੁਰਜੀਤ ਕੌਰ ਦੇ? ਉਹਨਾਂ ਦੇ ਜੀ ਕੱਲ੍ਹ ਅਸੀਂ ਬਿਆਨ ਲੈਣੇ ਸੀਗੇ, ਉਹਨਾਂ ਨੂੰ ਡਾਕਟਰ ਨੇ ਅਨਫਿਟ ਡਿਕਲੇਅਰ ਕਰਤਾ ਸੀ ਰਾਤ ਨੂੰ, ਅਤੇ ਉਹਨਾਂ ਦਾ ਵੀ ਕੋਈ ਗਰਜਨ ਹੈ, ਉਹ ਅੱਜ ਅਸੀਂ ਭੇਜਾਂਗੇ ਉਹਨਾਂ ਨੂੰ ਸਟੇਟਮੈਂਟ। ਅਤੇ ਗ੍ਰਿਫਤਾਰੀ ਕਿਸੇ ਦੇ ਵਿੱਚ? ਇਹਦੇ ਵਿੱਚ ਗ੍ਰਿਫਤਾਰੀ ਹਾਲੇ ਤੱਕ ਕੋਈ ਨਹੀਂ ਹੋਈ ਹੈਗੀ, ਅਤੇ ਗਾਰਡ ਵਗੈਰਾ ਲਗਾਈ ਹੈ ਬਾਬੇ ਦੇ ਨਾਲ ਕੋਈ? ਹਾਲੇ ਜੀ ਉੱਥੇ ਅਸੀਂ ਇੱਕ ਬੰਦਾ ਭੇਜਿਆ ਹੋਇਆ, ਭੇਜਿਆ ਸਟੇਟਮੈਂਟ, ਉੱਥੇ ਡਾਕਟਰ ਨੂੰ ਪੁੱਛ ਰਹੇ ਹਾਂ ਕਿ ਉਹਨਾਂ ਨੂੰ ਕਦੋਂ ਛੁੱਟੀ ਹੋਊਗੀ, ਉਹਦੇ ਮੁਤਾਬਿਕ ਅਸੀਂ ਕਾਰਵਾਈ ਕਰਾਂਗੇ। ਮਾਮਲਾ ਹੋਇਆ ਸੀ ਝਗੜੇ ਦਾ, ਲੈ ਕੇ ਕੀ ਕਾਰਵਾਈ ਉਹਨੂੰ ਚਲਾ ਦਿੰਦੀ ਹੈ? ਕੱਲ੍ਹ ਜੀ ਸਾਡੇ ਤਕਰੀਬਨ ਇੱਥੇ 3:30-4 ਵਜੇ ਮਾਤਾ ਗੁਜਰੀ ਕਲੋਨੀ ਹੈ ਫਤਿਹਗੜ੍ਹ ਸਾਹਿਬ ਥਾਣੇ ਦੇ ਏਰੀਆ 'ਚ, ਉੱਥੇ ਇੱਕ ਗੁਰਜੀਤ ਕੌਰ ਉਹਨਾਂ ਦਾ ਘਰ ਹੈਗਾ, ਉਹਨਾਂ ਦੀ ਬੇਟੀ ਦਾ ਹਸਬੈਂਡ, ਉਹਨਾਂ ਦੇ ਹਸਬੈਂਡ ਨਾਲ ਜਿਵੇਂ ਗੁਰਵਿੰਦਰ ਸਿੰਘ ਹੋਣੀ ਨੇ ਖੇੜੀ ਜੱਟਾਂ ਦੇ ਸੰਗਰੂਰ ਤੋਂ, ਉਹਨਾਂ ਨਾਲ ਮੈਟਰੀਮੋਨੀਅਲ ਡਿਸਪਿਊਟ ਚੱਲਦਾ ਸੀ। ਅਤੇ ਕੱਲ੍ਹ ਪੂਰੀ ਗੱਲ ਤਾਂ ਸਾਨੂੰ ਹਾਲੇ ਕਲੀਅਰ ਨਹੀਂ ਹੈ, ਕੱਲ੍ਹ ਉਹ ਕੁਛ ਉਹਨਾਂ ਦੀਆਂ ਆਪਸ 'ਚ ਗੱਲਾਂ ਬਾਤਾਂ, ਕੋਈ ਟੋਕਸ ਕਰਨ ਲਈ ਬੇਟੀ ਨੂੰ ਵਾਪਸ ਲੈਣ ਦੀ ਉਹ ਗੱਲ ਸੀਗੇ। ਇਨ ਦ ਮੀਨ ਟਾਈਮ ਉਹਨਾਂ ਦੀ ਉੱਥੇ ਲੜਾਈ ਹੋ ਗਈ ਆਪਸ 'ਚ, ਕੋਈ ਕਹਾ ਸੁਣੀ ਹੋ ਗਈ, ਅਤੇ ਉੱਥੇ ਇੱਕ ਫਾਇਰ ਵੀ ਹੋਇਆ। ਜਿਵੇਂ ਕਿਹਾ ਜਾ ਰਿਹਾ ਕਿ ਗੁਰਵਿੰਦਰ ਸਿੰਘ ਉਹਨਾਂ ਨੇ ਆਪਣੀ ਸੱਸ ਜਿਹੜੀ ਗੁਰਜੀਤ ਕੌਰ ਨੇ ਉਹਨਾਂ ਦੇ ਉਹਨਾਂ ਨੇ ਗੋਲੀ ਮਾਰੀ ਜਿਹੜੀ ਉਹਨਾਂ ਦੇ ਪੱਟ 'ਚ ਲੱਗੀ ਹੈ। ਅਤੇ ਉਸ ਤੋਂ ਬਾਅਦ ਇਹ ਦੋਨੇ ਪਾਰਟੀਜ਼ ਉੱਥੋਂ ਸਿਵਲ ਹੋਸਪਿਟਲ ਗਈਆਂ ਦਾਖਲ ਹੋਣ ਲਈ। ਸਿਵਲ ਹੋਸਪਿਟਲ ਫਿਰ ਇਹਨਾਂ ਦੀ ਲੜਾਈ ਹੋਈ, ਜਦੋਂ ਇੱਥੇ ਪਹੁੰਚੀਆਂ ਜਦੋਂ ਦੋਨੇ ਪਾਰਟੀਜ਼ ਇਕੱਠੀਆਂ ਪਹੁੰਚੀਆਂ, ਬਾਹਰ ਇਹਨਾਂ ਦੀ ਆਪਸ 'ਚ ਫਿਰ ਲੜਾਈ ਹੋਈ। ਅਤੇ ਸਾਡੇ ਕੋਲ ਕੱਲ੍ਹ ਸ਼ਾਮ ਨੂੰ 5 ਵਜੇ ਇਨਫੋਰਮੇਸ਼ਨ ਆਈ ਸੀ, ਸਾਨੂੰ MLRs ਮਿਲ ਗਈਆਂ ਸੀਗੀਆਂ, ਬਟ ਇਨ ਦ ਮੀਨ ਟਾਈਮ ਦੋਨੇ ਪਾਰਟੀਜ਼ ਚੰਡੀਗੜ੍ਹ ਰੈਫਰ ਹੋ ਗਈਆਂ ਸੀ ਸੈਕਟਰ 32 ਹੋਸਪਿਟਲ 'ਚ, ਉੱਥੇ ਐਡਮਿਟ ਸੀਗੀਆਂ।
ਤੇ ਕੱਲ ਰਾਤ ਨੂੰ ਅਸੀਂ ਗੁਰਜੀਤ ਕੌਰ ਉਹਨਾਂ ਦੀ ਸਟੇਟਮੈਂਟ ਲਈ ਸੀ। ਸਟੇਟਮੈਂਟ ਲੈਣ ਤੋਂ ਬਾਅਦ 95 ਨੰਬਰ ਐਫ ਆਈ ਆਰ ਦਿੱਤੀ ਹੈ ਅਸੀਂ 13-8-24 ਗੁਰਵਿੰਦਰ ਸਿੰਘ ਉਹਨਾਂ ਦੇ ਤੇ ਇਹਨਾਂ ਦੇ ਕਜ਼ਨ ਸੀਗੇ ਇਹਨਾਂ ਦੇ ਨਾਲ ਪ੍ਰਭਦੀਪ ਸਿੰਘ, ਉਹਨਾਂ ਤੇ ਗੱਲ ਸੀ ਐਫ ਆਈ ਆਰ। ਮਾਮਲਾ ਧਿਆਨ ਚ ਹੈ ਕਿ ਕਿੰਨੀਆਂ ਕੁ ਗੋਲੀਆਂ ਚੱਲੀਆਂ ਸੀ ਜਾਂ ਕਿਹਨੇ ਚਲਾਈਆਂ ਸੀ ਕੁਛ? ਦੇਖੋ ਜੀ, ਗੋਲੀ ਚੱਲੀ ਹੈ ਇਹ ਤਾਂ ਗੱਲ ਬਿਓਨ ਡਾਊਟ ਹੈ, ਕਿਉਂਕਿ ਗੁਰਜੀਤ ਕੌਰ ਉਹਨਾਂ ਦੇ ਲੱਗੀ ਹੈ ਗੋਲੀ, ਬਟ ਕਿੰਨੀਆਂ ਚੱਲੀਆਂ ਇਹ ਹਾਲੇ ਤੱਕ ਹਜੇ ਅਸੀਂ ਤਫਤੀਸ਼ ਕਰ ਰਹੇ ਹਾਂ, ਸਾਨੂੰ ਮੁਸ਼ਕਿਲ ਹੈ। ਜਿਹੜੀ ਗੋਲੀ ਚਲਾਈ ਸੀ ਉਹ ਅਸਲਾ ਲਾਇਸੈਂਸ ਸੀਗਾ ਜਾਂ ਵਿਦਆਊਟ ਲਾਇਸੈਂਸ ਸੀ ਕੁਛ? ਹਾਲੇ ਜੀ ਇਸ ਬਾਰੇ ਕੁਛ ਕਲੀਅਰ ਨਹੀਂ ਹੈ। ਐਕਚੁਅਲੀ ਜਿਹੜੇ ਦੋਨੇ ਮੇਨ ਅਕਿਊਜ਼ ਨੇ ਉਹ ਉੱਥੇ ਐਡਮਿਟ ਨੇ, ਅਸੀਂ ਇੱਕ ਵਾਰ ਜਦੋਂ ਉਹਨਾਂ ਨੂੰ ਕਸਟਡੀ 'ਚ ਲੈ ਕੇ ਪੁੱਛ ਕੇ ਤਫਤੀਸ਼ ਗੱਲ ਸਾਹਮਣੇ ਲੈ ਕੇ। ਉਹਨਾਂ ਦੇ ਵੀ ਬਿਆਨ ਦਿੱਤੇ ਗਏ ਕਿ ਕੋਈ ਗੁਰਜੀਤ ਕੌਰ ਦੇ? ਉਹਨਾਂ ਨੇ ਜੀ ਕੱਲ੍ਹ ਅਸੀਂ ਬਿਆਨ ਲੈਣੇ ਸੀਗੇ, ਉਹਨਾਂ ਨੂੰ ਡਾਕਟਰ ਨੇ ਅਨਫਿਟ ਡਿਕਲੇਅਰ ਕਰਤਾ ਸੀ ਰਾਤ ਨੂੰ, ਅਤੇ ਉਹਨਾਂ ਦਾ ਵੀ ਕੋਈ ਵਰਜਨ ਹੈ ਉਹ ਅੱਜ ਅਸੀਂ ਭੇਜਾਂਗੇ ਉਹਨਾਂ ਦੀ ਸਟੇਟਮੈਂਟ। ਅਤੇ ਗ੍ਰਿਫਤਾਰੀ ਕਿਸੇ ਦੇ ਵਿੱਚ? ਗ੍ਰਿਫਤਾਰੀ ਹਾਲੇ ਤੱਕ ਕੋਈ ਨਹੀਂ ਹੋਈ ਹੈਗੀ, ਅਤੇ ਗਾਰਡ ਵਗੈਰਾ ਲਗਾਈ ਹੈ ਬਾਬੇ ਦੇ ਨਾਲ ਕੋਈ? ਹਾਲੇ ਜੀ ਉੱਥੇ ਅਸੀਂ ਇੱਕ ਬੰਦਾ ਭੇਜਿਆ ਗਿਆ, ਭੇਜਿਆ ਸਟੇਟਮੈਂਟ, ਉੱਥੇ ਡਾਕਟਰ ਨੂੰ ਪੁੱਛ ਰਹੇ ਹਾਂ ਕਿ ਉਹਨਾਂ ਨੂੰ ਕਦੋਂ ਛੁੱਟੀ ਹੋਊਗੀ, ਉਹਦੇ ਮੁਤਾਬਿਕ ਅਸੀਂ ਕਾਰਵਾਈ ਕਰਾਂਗੇ।